ਸ੍ਰੀ ਅਕਾਲ। ਅੱਜ ਮੈਂ ਤੁਹਾਡਾ ਆਪਣਾ ਦਵਿੰਦਰ ਸੰਧੂ ਆਪਦੇ ਪ੍ਰਾਊਡ ਟੂ ਬੀ ਫਾਰਮਰ ਚੈਨਲ 'ਤੇ ਆਉਣ ਲਈ ਧੰਨਵਾਦ ਕਰਦਾ ਹਾਂ। ਅੱਜ ਆਪਾਂ ਨਿਊ ਹੋਲੈਂਡ 3630 ਪਲੱਸ ਦੇ PTO ਗੇਰਾਂ ਬਾਰੇ ਆਪਾਂ ਕੁਝ ਗੱਲਬਾਤਾਂ ਕਰਾਂਗੇ ਅਤੇ ਆਪਾਂ ਛੋਟ ਵੀਡੀਓ 'ਚ ਹੀ ਤੁਹਾਨੂੰ ਸਭ ਕੁਝ ਦੱਸਾਂਗੇ ਵੀ ਇਹਦੇ 'ਚ ਕੀ ਹੁੰਦਾ ਅਤੇ ਕਿਵੇਂ ਚੱਲਦਾ ਹੈ ਜੀ। ਸਭ ਤੋਂ ਵਧੀਆ ਇਹਦੀ ਖਾਸੀਅਤ ਇਹ ਹੈ ਜੀ ਕਿ ਦੂਸਰੇ ਟਰੈਕਟਰਾਂ 'ਚ ਆਪਾਂ ਕਲੱਚ ਦੱਬ ਕੇ PTO ਗੇਅਰ ਪਾਉਂਦੇ ਹਾਂ, ਇਹਦੇ 'ਚ ਆਹ ਵਾਲਾ ਕਲੱਚ ਦੱਬਣ ਦੀ ਲੋੜ ਨਹੀਂ। ਇਹਦੇ 'ਚ ਉਹਨਾਂ ਨੇ ਅੱਡ ਹੀ ਕਲੱਚ ਆਹ ਵਾਲਾ ਦਿੱਤਾ ਹੋਇਆ ਜੇ ਕਿ ਇਹਨੂੰ ਐਵੇਂ ਦੱਬ ਕੇ, ਅਤੇ ਇਹ ਵੇ ਜੀ PTO ਦਾ ਗੇਅਰ। ਇਹਦੇ 2 ਗੇਅਰ ਨੇ ਜੀ, ਇੱਕ ਉੱਤੇ ਇੱਕ ਥੱਲੇ ਅਤੇ ਇੱਕ ਨਿਊਟਰਲ। ਇਹਨੂੰ ਜਦੋਂ ਆਪਾਂ ਥੱਲੇ ਨੂੰ ਕਰਦੇ ਹਾਂ ਇਹ ਲੋਅ ਸਪੀਡ 'ਚ ਚੱਲਦਾ ਜੀ, ਅਤੇ ਜਦੋਂ ਆਪਾਂ ਉਤਲਾ ਗੇਅਰ ਪਾ ਦਿੰਦੇ ਹਾਂ ਅਤੇ ਉਦੋਂ ਆਹ ਹਾਈ ਸਪੀਡ 'ਚ ਚੱਲਦਾ ਜੀ, ਅਤੇ ਜਦੋਂ ਆਪਾਂ ਕਲੱਚ ਛੱਡਾਂਗੇ ਇਹ ਉਦੋਂ ਹੀ ਵਰਕਿੰਗ ਕਰੇਗਾ, ਨਹੀਂ ਤਾਂ ਇਹ ਵਰਕਿੰਗ ਬਿਲਕੁਲ ਨਹੀਂ ਕਰੇਗਾ। ਅਤੇ PTO ਗੇਅਰਾਂ ਦਾ ਇਸ ਕਲੱਚ ਨਾਲ ਬਿਲਕੁਲ ਵੀ ਕੋਈ ਵੀ ਸੰਬੰਧ ਨਹੀਂ ਹੈ ਜੀ, ਅਤੇ ਇਹ ਚੀਜ਼ ਇਹਦੀ ਸਭ ਤੋਂ ਵਧੀਆ ਹੈ। ਅਤੇ ਆਹ ਦੇਖ ਲਓ ਜੀ ਇਹਦੀ PTO ਸ਼ਾਫਟ, ਇਹ ਸਭ ਤੋਂ ਵਧੀਆ ਦਿੱਤਾ ਗਿਆ ਇਹਦੇ 'ਚ ਹੋਲੈਂਡ 'ਚ, ਇਹ ਸਭ ਤੋਂ ਵਧੀਆ ਟਰੈਕਟਰ ਹੈ। ਅਤੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗਾ ਵੀ ਲੈਣਾ ਹੈ ਤਾਂ ਜੀ ਹੋਲੈਂਡ ਹੀ ਲਿਓ, ਕਿਉਂਕਿ ਜੇ ਜਿਸ ਬੰਦੇ ਨੇ 8-9 ਲੱਖ ਲਾਉਣਾ ਹੀ ਹੈ ਅਤੇ ਕੋਈ ਵਧੀਆ ਚੀਜ਼ 'ਤੇ ਲਾਵੇ। ਅੱਜ ਦੇ ਟਾਈਮ 'ਚ ਇਹਦੀ ਬਹੁਤ ਜ਼ਿਆਦਾ ਮਾਰਕੀਟ ਆ, ਅਤੇ 855 ਵੀ ਇਹਦੇ ਮਾਮਲੇ 'ਚ ਬਹੁਤ ਲੋਅ ਹੈ ਜੀ। ਅਤੇ ਕਿਉਂਕਿ ਮੈਂ ਤੁਹਾਨੂੰ ਇਸ ਲਈ ਰਿਕਮੈਂਡ ਕਰਾਂਗਾ ਕਿਉਂਕਿ ਆ ਮੇਰੇ ਆਪ ਦੇ ਕੋਲ ਵੀ ਟਰੈਕਟਰ, ਅਤੇ ਮੈਂ ਚਲਾਇਆ, ਮੈਨੂੰ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ, ਕਦੀ ਇਹ ਖੜਿਆ ਕੋ ਨਹੀਂ ਜ਼ੋਰ ਪੱਖੋਂ ਵੀ, ਅਤੇ ਕਦੀ ਕੋਈ ਖਰਾਬੀ ਨਹੀਂ ਆਈ ਜੀ। ਅਤੇ ਆਹ ਟਰੈਕਟਰ ਸਭ ਤੋਂ ਬੈਸਟ ਹੈ ਜੀ, ਅਤੇ ਤੁਸੀਂ ਇਹਨੂੰ ਹੀ ਲਿਓ ਜੇ ਤੁਸੀਂ 8-9 ਲੱਖ ਲਾਉਣਾ ਹੀ ਆ ਜੀ, ਫਿਰ ਤੁਹਾਡਾ ਫਾਇਦਾ ਇਹ ਟਰੈਕਟਰ 'ਚ ਹੀ ਆ ਜੀ। ਓਕੇ ਜੀ, ਧੰਨਵਾਦ। ਅਤੇ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਵੀਡੀਓ ਅਤੇ ਸ਼ੇਅਰ ਕਰ ਦਿਓ ਜੀ। ਧੰਨਵਾਦ।